ਕਦੇ ਹਿੰਮਤ ਨਾ ਹਾਰੋ। ਜ਼ਿੰਦਗੀ ਵਿੱਚ ਇੱਦਾਂ ਲੱਗਦਾ ਹੋਏਗਾ ਬੜੀਆਂ ਮੁਸ਼ਕਲਾਂ ਆ ਗਈਆਂ, ਬੜੀਆਂ ਮੁਸੀਬਤਾਂ ਵੇਖੀਆਂ, ਬੜੇ ਪ੍ਰੋਬਲਮਸ ਬਹੁਤ ਸਾਹਮਣੇ ਕੀਤੇ, ਤਾਂ ਹੁਣ ਮੇਰੇ ਹੱਥ ਵੱਸ ਨਹੀਂ, ਹੁਣ ਨਹੀਂ ਮੈਂ ਕੋਈ ਪ੍ਰੋਬਲਮ ਲੈ ਸਕਦਾ, ਹੁਣ ਨਹੀਂ ਮੈਂ ਕੋਈ ਸਟ੍ਰੈਸ ਲੈ ਸਕਦਾ, ਹੁਣ ਨਹੀਂ ਮੈਂ ਕੋਈ ਓਬਸਟੀਕਲ ਫੇਸ ਕਰ ਸਕਦਾ। ਯਾਦ ਰੱਖਿਓ ਪਿਆਰਿਓ, ਕਦੇ ਨਾ ਕਦੇ ਇੱਦਾਂ ਸੋਚਿਆ ਕਰੋ ਕਿ ਹੀਰਾ ਕਦੇ ਇੱਕ ਕੋਲਾ ਸੀ, ਕੋਲੇ ਨੇ ਪ੍ਰੈਸ਼ਰ ਸਹਿਆ ਤਾਂ ਅੱਜ ਉਹ ਹੀਰਾ ਬਣ ਗਿਆ, ਉਹ ਡਾਇਮੰਡ ਬਣ ਗਿਆ। ਵੈਨ ਥਿੰਕਿੰਗ ਆਫ ਗਿਵਿੰਗ ਅਪ ਇਨ ਲਾਈਫ, ਓਲਵੇਜ਼ ਰਿਮੈਂਬਰ ਦੈਟ ਅ ਡਾਇਮੰਡ ਵਾਜ਼ ਅ ਕੋਲ ਐਟ ਵਨ ਪੁਆਇੰਟ, ਦੈਟ ਕੋਲ ਟੁੱਕ ਦ ਪ੍ਰੈਸ਼ਰ ਆਫ ਦੈਟ ਹੀਟ ਐਂਡ ਬਿਕੇਮ ਦੈਟ ਡਾਇਮੰਡ। ਵੀ ਸਮਟਾਈਮਸ ਫੀਲ ਕਿ ਮੈਂ ਬਸ ਹੁਣ ਪਿੱਛੇ ਹੋ ਜਾਂ, ਮੈਂ ਛੱਡਦਾ ਸਾਰਾ ਕੁਛ, ਮੇਰੇ ਤੋਂ ਨਹੀਂ ਹੁਣ ਆਹ ਹੁੰਦਾ, ਮੇਰੇ ਵਿੱਚ ਨਹੀਂ ਹਿੰਮਤ, ਹੁਣ ਮੈਂ ਆਪਣੀ ਹਿੰਮਤ ਹਾਰ ਕੇ ਬਹਿ ਜਾਂ, ਮੈਂ ਗਿਵ ਅਪ ਕਰਾਂ। ਪਰ ਯਾਦ ਰੱਖਿਓ, ਗਿਵ ਅਪ ਨਾ ਕਰੋ, ਲਿਵ ਅਪ ਕਰੋ। ਜਿਹੜੀ ਮਰਜ਼ੀ ਓਬਸਟੀਕਲ ਆਵੇ, ਇਹ ਵੇਖੋ ਕਿ ਮੈਂ ਸ਼ੁਰੂ ਕਿਉਂ ਹੋਇਆ ਸੀ। ਵੈਨ ਐਵਰ ਥਿੰਕਿੰਗ ਆਫ ਗਿਵਿੰਗ ਅਪ, ਓਲਵੇਜ਼ ਰਿਮੈਂਬਰ ਵਾਈ ਯੂ ਸਟਾਰਟਿਡ। ਹਮੇਸ਼ਾ ਕੰਪਿਊਟਰ 'ਤੇ ਜਦੋਂ ਮੈਮਰੀ ਓਵਰਲੋਡ ਹੋ ਜੇ ਤਾਂ ਕਿਤੇ ਨਾ ਕਿਤੇ ਰੀਸੈਟ ਵੀ ਕਰਨਾ ਪੈਂਦਾ ਆ ਕੰਪਿਊਟਰ। ਸੋ ਵੈਨ ਇਨ ਲਾਈਫ ਵੈਨ ਯੂ ਗਾਟ ਅ ਕੰਪਿਊਟਰ ਦ ਮੈਮਰੀ ਗੈਟਸ ਫੁੱਲ, ਸਮਟਾਈਮਸ ਯੂ ਨੀਡ ਟੂ ਰੀਸੈਟ ਦੈਟ ਕੰਪਿਊਟਰ ਆਫ ਯੋਰਸ, ਐਂਡ ਦੈਟਸ ਦ ਵੇ ਇਨ ਲਾਈਫ। ਵੈਨ ਥਿੰਗਸ ਗੈਟ ਹਾਰਡ ਐਂਡ ਯੂ ਫੀਲ ਆਫ ਗਿਵਿੰਗ ਅਪ, ਡੋਂਟ ਗਿਵ ਅਪ, ਲਿਵ ਅਪ। Sometimes living up means taking a step back from that situation and having a bigger view of that situation. Kade na kade situation ton bahar ek kadam leke ta us situation nu vekho, andar vad ke na vekho, bahron vekho, ek saah lavo, ta fir us situation de vich mentally vad ke us live up karke, give up na karo, live up karke ta us situation nu tusi aap khud solve karo, kivein main eh problem vichon niklna, kivein main is problem da solution labna। yaad rakho ke ek bee hunda, ਬੀ ਛੋਟਾ ਜਿਹਾ ਹੁੰਦਾ ਪਰ ਜਦੋਂ ਸੁੱਟਿਆ ਜਾਂਦਾ ਮਿੱਟੀ ਦੇ ਵਿੱਚ, ਉਹਨੂੰ ਪਤਾ ਕਿ ਮੈਨੂੰ ਮਿੱਟੀ ਦੇ ਵਿੱਚ ਜਾਣਾ ਪੈਣਾ, ਹਨੇਰਾ ਹਨੇਰਾ ਹੋਏਗਾ, ਪਰ ਮੈਨੂੰ ਆਪ ਖੁਦ ਸਟਰਗਲ ਕਰਕੇ ਲਾਈਟ ਲੱਭਣੀ ਪੈਣੀ ਆ, ਤਾਂ ਕਰਕੇ ਮੈਂ ਬਲੋਸਮ ਹੋਵਾਂਗਾ, ਤਾਂ ਕਰਕੇ ਮੈਂ ਹਰਿਆ ਹੋਵਾਂਗਾ। ਦ ਸੇਮ ਵੇ ਲਾਈਕ ਦੈਟ ਲਿਟਲ ਸੀਡ ਗੋਜ਼ ਇਨ ਟੂ ਦ ਸੋਇਲ, ਇਨ ਟੂ ਦ ਡਰਟ, ਦੇਰਜ਼ ਡਾਰਕਨੈਸ ਐਵਰੀਵੇਅਰ, ਬਟ ਇਟ ਹੈਜ਼ ਟੂ ਰੂਟ ਇਟਸੈਲਫ and find that light, and that's when that little flower blossoms into a big beautiful flower that we look at and we take the fragrance of that smell. So don't give up, live up. Jadon gurbani padde ha apan samajhde ha ke sada parmatma ਉਹ ਬੇਅੰਤ ਆ, ਜਿਹੜਾ ਯੂਨੀਵਰਸਲ ਐਨਰਜੀ ਆ, ਇਹ ਲਿਮਿਟਲੈਸ ਆ, ਤਾਂ ਇਹ ਸਮਝ ਕੇ ਸਾਡੇ ਅੰਦਰ ਖੁਦ ਪਰਮਾਤਮਾ ਦੀ ਯੂਨੀਵਰਸਲ ਐਨਰਜੀ ਚੱਲ ਰਹੀ ਆ। ਦੈਟ ਵਨਨੈਸ ਇਜ਼ ਵਿਦਇਨ ਅਸ, ਵੀ ਆਰ ਪਾਰਟ ਆਫ ਦੈਟ ਵਨਨੈਸ ਐਨਰਜੀ, ਦੈਟ ਯੂਨੀਵਰਸਲ ਪੀਪਲ ਕੋਲ ਦੈਟ ਐਨਰਜੀ ਗੋਡ, ਪੀਪਲ ਕੋਲ ਦੈਟ ਐਨਰਜੀ ਵਾਹਿਗੁਰੂ, ਪੀਪਲ ਕੋਲ ਦੈਟ ਐਨਰਜੀ ਰਾਮ, ਗੋਬਿੰਦ, ਅੱਲਾ, ਵੀ ਆਰ ਪਾਰਟ ਆਫ ਦੈਟ ਵਨਨੈਸ। ਐਂਡ ਦ ਡੇ ਵੀ ਅੰਡਰਸਟੈਂਡ, ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਫਿਜ਼ੀਕਲੀ ਕੋਈ ਤੈਨੂੰ ਮਾਰ ਨਹੀਂ ਸਕਦਾ, ਜਿਹੜਾ ਜੰਮਦਾ ਉਹਨੇ ਮਰਨਾ ਹੀ ਆ, ਫਿਜ਼ੀਕਲ ਡੈਥ ਐਵਰੀਬਡੀ ਵਿਲ ਹੈਵ। ਬਟ ਦ ਡੇ ਯੂ ਅੰਡਰਸਟੈਂਡ ਦੈਟ ਯੋਰ ਸਾਹਿਬ, that universal energy is your protector, is the one that will help you, you need to understand that you need to help yourself, because that universal one is within you. And marna sakke koi da matlab ki hoya, marna sakke koi da matlab eh ya, zindagi vich vaddi to vaddi problem aaje, aapan kade haar na manniye, aapan kade ਉਹ ਸਿਚੁਏਸ਼ਨ ਅੱਗੇ ਮਰੀਏ ਨਾ, ਸਮਾਂ ਕੇ ਗਿਵ ਅਪ ਕਰਨ ਨਾਲੋਂ, ਹਿੰਮਤ ਹਾਰਨ ਨਾਲੋਂ ਆਪਾਂ ਲਿਵ ਅਪ ਕਰੀਏ। ਲੈਟਸ ਨਾਟ ਡਾਈ ਟੂ ਦੈਟ ਸਿਚੁਏਸ਼ਨ। ਮਾਰਨਾ ਸਕੈ ਕੋਏ, ਦੈਟ ਪਰਸਨ ਦੈਟ ਹੈਜ਼ ਫੁੱਲ ਬਿਲੀਫ ਇਨ ਹਿਮ ਔਰ ਹਰਸੈਲਫ, ਦੇ ਵਿਲ ਨੈਵਰ ਡਾਈ ਟੂ ਦੈਟ ਓਬਸਟੇਕਲ, ਦੇ ਵਿਲ ਨੈਵਰ ਗਿਵ ਅਪ ਟੂ ਦੈਟ ਸਿਚੁਏਸ਼ਨ ਔਰ ਦੈਟ ਪ੍ਰੋਬਲਮ ਦੈਟ ਕਮਸ ਇਨ ਟੂ ਲਾਈਫ। ਹਾਊਐਵਰ, ਦੇ ਵਿਲ ਲਿਵ ਅਪ, ਆਲ ਯੋਰ ਸਟਰਗਲਸ ਵਿਲ ਪੇ ਆਫ।
ਬਟ ਯੂ ਜਸਟ ਸਮਟਾਈਮਸ ਜਦੋਂ ਇੱਦਾਂ ਲੱਗੇ ਹੈ ਨਾ ਬਹੁਤ ਮੁਸ਼ਕਲਾਂ ਆ ਰਹੀਆਂ ਆ ਗਈਆਂ ਜ਼ਿੰਦਗੀ 'ਚ ਬਹੁਤ ਕੁਛ ਵੇਖਿਆ ਹੀਰੇ ਵੱਲ ਵੇਖਿਆ ਕਰੋ ਹੀਰਾ ਅੱਜ ਹੀਰਾ ਤਾਂ ਆ ਕਿਉਂਕਿ ਕੋਲੇ ਨੇ ਪ੍ਰੈਸ਼ਰ ਸਿਆ ਸੀ ਪ੍ਰੋਬਲਮਸ ਆਉਣਗੀਆਂ ਪਰ ਆਪਾਂ ਉਸ ਪ੍ਰੋਬਲਮਾਂ ਦੇ ਵਿੱਚੋਂ ਲਿਵ ਅਪ ਕਰਕੇ ਕਦੇ ਨਾ ਕਦੇ ਕਦਮ ਪਿੱਛੇ ਨੂੰ ਲੈ ਕੇ ਤਾਂ ਉਸ ਪ੍ਰੋਬਲਮ ਨੂੰ ਵੇਖੀਏ ਕਿਵੇਂ ਸੋਲਵ ਕਰਨਾ ਕਿਵੇਂ ਉਸ ਓਬਸਟੇਕਲ ਨੂੰ ਮਜਿੱਠਣਾ ਸੋ ਓਲਵੇਜ਼ ਲਿਵ ਅਪ ਨਾਟ ਗਿਵ ਅਪ ਕਦੇ ਹੌਂਸਲਾ ਨਾ ਛੱਡੋ ਕਦੇ ਹਿੰਮਤ ਨਾ ਹਾਰੋ ਡੋਂਟ ਐਵਰ ਗਿਵ ਅਪ ਲਿਵ ਅਪ ਐਂਡ ਕੀਪ ਗੋਇੰਗ ਐਂਡ ਗੋਇੰਗ ਇਨ ਲਾਈਫ ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਥੈਂਕ ਯੂ ਫੋਰ ਲਿਸਨਿੰਗ ਟੂ ਟੁਡੇਜ਼ ਕਲਿੱਪ ਅੱਜ ਦਾ ਕਲਿੱਪ ਜੇ ਵਧੀਆ ਲੱਗਾ ਜ਼ਰੂਰ ਆਪਣੇ ਪਿਆਰ ਵਾਲਿਆਂ 'ਚ ਸ਼ੇਅਰ ਕਰਿਓ ਕਿਉਂਕਿ ਜ਼ਿੰਦਗੀ ਵਿੱਚ ਇੱਦਾਂ ਦੇ ਆਉਂਦੇ ਨੇ ਸਮੇਂ ਜਦੋਂ ਆਪਾਂ ਸੋਚਦੇ ਹਾਂ ਯਾਰ ਛੱਡੋ ਪਰੇ ਕੀ ਕਰਨਾ ਪਰ ਨਹੀਂ ਆਪਾਂ ਮਰਨਾ ਨਹੀਂ ਉਸ ਸਿਚੁਏਸ਼ਨ ਦੇ ਵਿੱਚ ਕਿਉਂਕਿ ਸਾਡਾ ਪਰਮਾਤਮਾ ਸਾਹਿਬ ਸਾਡੇ ਅੰਦਰ ਆ ਉਹ ਸਮਝ ਲੈ ਕੇ ਆਪਾਂ ਕਿਤੇ ਨਾ ਕਿਤੇ ਜ਼ਿੰਦਗੀ ਸੋਚੀਏ ਕਿ ਉਹ ਪ੍ਰੋਬਲਮ ਨੂੰ ਕਿਵੇਂ ਸੋਲਵ ਕਰਨਾ ਸੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਜ਼ਰੂਰ ਆਪਣੇ ਪਿਆਰ ਵਾਲਿਆਂ 'ਚ ਸ਼ੇਅਰ ਕਰਿਓ ਤਾਂ ਯਾਦ ਰੱਖੋ ਹਰੇਕ ਟਿਊਜ਼ਡੇ ਥਰਸਡੇ ਸੋ ਵੀਰਵਾਰ ਤਾਂ ਸਨਿਚਰਵਾਰ Thursdays and Saturdays, there's a new video that comes out on our social media platforms. 12 baje UK time, dopahre video release hundi aa. Ta zarur follow karo, ta samjhiye, apne aap nu positive rakhiye. Koi vi problem aa, badiyan zindagi ch problem aa vekhiyan, and we've overcome those problems. We've not given up at that time. We thought we were gonna, but we fought through that. ਸਾਨੂੰ ਲੱਗਦਾ ਸੀ ਕਿ ਆਪਾਂ ਹਾਰ ਜਾਵਾਂਗੇ ਉਸ ਓਬਸਟੇਕਲ ਦੇ ਸਾਹਮਣੇ ਪਰ ਨਹੀਂ ਅੱਜ ਜਦੋਂ ਪਿੱਛੇ ਨੂੰ ਵੇਖਦੇ ਹਾਂ ਤਾਂ ਸੋਚਦੇ ਹਾਂ ਕਿ ਮੈਂ ਕਿੰਨਾ ਅੱਗੇ ਨਾਲੋਂ ਸਟਰੋਂਗ ਹੋ ਗਿਆ ਮਨੋਬਲ ਮੇਰਾ ਕਿੰਨਾ ਕਾਇਮ ਹੋ ਗਿਆ ਅੰਦਰੋਂ ਮੈਂ ਕਿੰਨੀ ਤਰੱਕੀ ਕਰ ਲਈ ਸਟਰਗਲ ਸੀ ਪਰ ਸਟਰਗਲ ਨੇ ਮੈਨੂੰ ਅੱਜ ਸਟਰੋਂਗ ਬਣਾ ਤਾ ਥੈਂਕ ਯੂ ਅਗੈਨ ਫੋਰ ਲਿਸਨਿੰਗ ਟੂ ਟੁਡੇਜ਼ ਕਲਿੱਪ ਆਪ ਜੀ ਦਾ ਬਹੁਤ ਬਹੁਤ ਧੰਨਵਾਦ